ਸਨੀ ਦਿਓਲ ਨੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ ਹੈ ਅਤੇ ਇਰਾਕ 'ਚ ਫਸੀ ਮਹਿਲਾ ਨੂੰ ਭਾਰਤ ਲਿਆਉਣ ਦਾ ਉਹਨਾਂ ਨੇ ਧੰਨਵਾਦ ਕੀਤਾ ਹੈ। ਜਿਵੇਂ ਕੋਸ਼ਿਸ਼ ਕੀਤੀ ਗਈ ਹੈ ਵਿਦੇਸ਼ ਮੰਤਰੀ ਵੱਲੋਂ ਉਹਦੀ ਸ਼ਲਾਘਾ ਹਰ ਥਾਂ 'ਤੇ ਹੋ ਰਹੀ ਹੈ। ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਜਿਹੜੀਆਂ ਤਸਵੀਰਾਂ ਆ ਚੁੱਕੀਆਂ ਨੇ। ਇਹ ਮੁਲਾਕਾਤ ਦਾ ਸਮਾਂ ਗੁਰਦਾਸਪੁਰ ਦੀ ਮਹਿਲਾ ਇਰਾਕ 'ਚ ਫਸੀ ਹੋਈ ਸੀ ਅਤੇ ਸਨੀ ਦਿਓਲ ਨੇ ਵਿਦੇਸ਼ ਮੰਤਰਾਲੇ ਤੋਂ ਮੁਲਾਕਾਤ ਕੀਤੀ ਹੈ ਅਤੇ ਜੈਸ਼ੰਕਰ ਦਾ ਧੰਨਵਾਦ ਵੀ ਕੀਤਾ। ਇਸ ਮੌਕੇ 'ਤੇ ਪਹੁੰਚ ਕੇ ਉਹਨਾਂ ਨੇ ਖਾਸ ਤੌਰ 'ਤੇ